ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣਦੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵੱਲੋਂ ਹੁਕਮ ਹੋਇਆ, ਮੈਂ ਦੋ ਤਿੰਨ ਮਿੰਟਾਂ ਦੇ ਵਿੱਚ ਆਪਣੀ ਗੱਲ ਕਹਿ ਕੇ ਆਪਣਾ ਸਥਾਨ ਲੈਣਾ। ਕਾਰ ਸੇਵਾ ਬਾਰੇ ਮੈਂ ਬੋਲਣਾ। ਬਾਬੇ ਨਾਨਕ ਦਾ ਧਰਮ ਜਦੋਂ ਚਲਾਇਆ, ਤਿੰਨ ਗੱਲਾਂ ਸੀ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹ ਸਿੱਖੀ ਦੇ ਮੁੱਢਲੇ ਅਸੂਲ ਨੇ। ਇਹ ਤਿੰਨੇ ਚੀਜ਼ਾਂ ਜੇ ਤੁਹਾਨੂੰ ਇਕੱਠੀਆਂ ਮਿਲਦੀਆਂ ਨੇ, ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਇਹ ਕਾਰ ਸੇਵਾ ਦੇ ਹਿੱਸੇ ਆਈਆਂ ਨੇ। ਹੱਥਾਂ ਦੇ ਨਾਲ ਸੇਵਾ ਕਰਨੀ ਹੈ, ਸਤਨਾਮ ਵਾਹਿਗੁਰੂ ਦਾ ਜਾਪ ਕਰਨਾ, ਤੋ ਜੋ ਆਪਣੀ ਦਸਾਂ ਨੋਹਾਂ ਦੀ ਕਿਰਤ ਹੈ ਉਹਦੇ ਵਿੱਚੋਂ ਦਸਵੰਧ ਕੱਢਣਾ। ਕਾਰ ਸੇਵਾ ਬਾਬਿਆਂ ਵਾਲੇ, ਜਿੰਨੇ ਵੀ ਕਾਰ ਸੇਵਾ ਦੇ ਬਾਬੇ ਨੇ, ਇਹਨਾਂ ਦਾ ਕੋਈ ਪਰਮਾਨੈਂਟ ਸੋਰਸ ਆਫ ਇਨਕਮ ਨਹੀਂ ਹੈਗਾ। ਇਹਨਾਂ ਦਾ ਕੋਈ ਜਿਹੜਾ ਸਾਧਨ ਹੈ ਕਮਾਈ ਦਾ, ਉਹ ਨਾ ਇਹਨਾਂ ਕੋਲ ਜਾਇਦਾਦਾਂ ਨੇ, ਜਿਹਨਾਂ ਦਾ ਠੇਕਾ ਆਉਂਦਾ ਹੈ, ਇਹ ਆਪ ਜੋ ਗੁਰੂ ਰੂਪ ਸੰਗਤ ਤੋਂ, ਗੁਰੂ ਰੂਪ ਸੰਗਤ ਜੋ ਖੀਸਾ, ਗੀਜਾ ਕਹਿ ਦਿੰਦੇ ਹਾਂ ਅਸੀਂ, ਆਪ ਜੀ ਦੀਆਂ ਜੋ ਜੇਬਾਂ ਨੇ, ਉਹੀ ਕਾਰ ਸੇਵਾ ਵਾਲੇ ਬਾਬਾ ਹੈ ਦੀ ਆਮਦਨ ਦਾ ਸਾਧਨ ਨੇ। ਜੋ ਜੋ ਵੀ ਪਰਿਵਾਰ ਕਾਰ ਸੇਵਾ ਨਾਲ ਜੁੜਿਆ, ਉਸ ਪਰਿਵਾਰ ਦੇ ਬਾਬੇ ਨਾਨਕ ਦੀ, ਗੁਰੂ ਘਰ ਦੀ, ਅਕਾਲ ਪੁਰਖ ਦੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਨੀ ਕਿਰਪਾ ਹੁੰਦੀ ਹੈ, ਉਹ ਘਰ ਅੱਜ ਦੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਘਰ ਬਚਦਾ, ਉਹਨਾਂ ਦੇ ਬੱਚੇ ਬਚਦੇ ਨੇ, ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਗੁਰਸਿੱਖੀ ਦੇ ਜੀਵਨ ਨਾਲ ਜੁੜਦੀਆਂ ਨੇ। ਨਿਮਰਤਾ ਸਾਹਿਬ, ਬੇਨਤੀ ਆ ਆਪ ਜਿੰਨੇ ਵੀ ਇੱਥੇ ਮਾਈ ਭਾਈ ਆਏ ਹੋ, ਜੋ ਸੇਵਾ ਸਿਮਰਨ ਨਾਲ ਜੁੜੇ ਹੋਏ ਹੋ, ਉਹ ਧੰਨ ਭਾਗ ਨਹੀਂ। ਜੋ ਆਪਦੇ ਗੁਆਂਢੀ ਨੇ, ਆਪਦੇ ਰਿਸ਼ਤੇਦਾਰ ਨੇ, ਆਪਦੇ ਬੱਚੇ ਨੇ, ਉਹਨਾਂ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ, ਆਪਣੇ ਧਰਮ ਨਾਲ, ਉਹਨਾਂ ਨੂੰ ਕਾਰ ਸੇਵਾ ਨਾਲ ਜੋੜੋ। ਇੰਨੀਆਂ ਬੇਨਤੀਆਂ ਨੇ ਸਾਡੇ ਪ੍ਰਧਾਨ ਜੀ, ਸਾਡੇ ਮੈਂ ਉਦੋਂ ਹੀ ਗੱਲ ਕਰਦਾ ਸੀ ਵੀ ਜਿੱਦਾਂ ਦੇ ਪ੍ਰਧਾਨ ਜੀ ਬਣੇ ਨੇ, ਇਹਨਾਂ ਨੂੰ ਇੱਕ ਮਿੰਟ ਵਿੱਚ ਐਨ ਨਹੀਂ। ਇਹ ਸਾਰਾ ਤਨ ਮਨ ਧਨ ਨਾਲ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਇੰਨੇ ਨਿਮਰਤਾ ਦੇ ਪੁੰਜ ਨੇ, ਇੰਨੀ ਨਿਮਰਤਾ ਇਹਨਾਂ ਦੀ, ਉਹਦੇ ਕਰਕੇ ਇਹ ਸਾਰਾ ਦਿਨ ਰਾਤ ਸੇਵਾ 'ਤੇ ਲੱਗੇ ਹੋਏ ਨੇ। ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਗੁਰੂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਜ ਇਸ ਸਥਾਨ 'ਤੇ ਸਰਦਾਰ ਜਗਜੀਤ ਸਿੰਘ ਜੀ, ਜੋ ਨਿੱਕਾ ਚੋਲਾ ਵਾਲੇ ਮੈਂਬਰ ਨੇ ਬਲਾਕ ਸਮਿਤੀ, ਉਹ ਵੀ ਇੱਥੇ ਆਏ ਨੇ।